कांग्रेस सरकार मुर्दाबाद 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 कांग्रेस सरकार मुर्दाबाद 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 साडा एक जिंदाबाद जिंदाबाद जिंदाबाद। उस मीटिंग दे विच अपने नाल एक वादा किया गया सी कि 3 साल पूरे हो जाने हैं कांग्रेस सरकार नू बनी होई नू, तां 16 मार्च नू मुख्यमंत्री साहब अनाउंस करनगे कि तुहाडीआं जिहड़ीआं पोस्टां दे गिनती दे विच जिहड़ा वादा किया जाऊगा। परंतु बड़ी शर्म वाली गल है, बड़ी हैरानी वाली गल है कि आपां नू 16 असीं बेखौफ हाँ, किसी तरह की डरन की लोड़ नहीं साथियो, क्योंकि जिहड़ी इह जंग छेड़ी होई है सरकार ने अपने नाल वादा किया कर कर नौकरी का, वह वादे वादे तो भज रही है, परंतु असीं उस नू भजन नहीं देंगे। सो साथियों डटे रहो, जिन्नी देर तक अपने नाल कोई फैसला नहीं हुंदा, जेकर एक घंटे दे विच विच अपना कोई जिहड़ा कि अपने हक प्रति कोई भी संजीदा नहीं लैंदा, तां आपां सारे साथियों रल के अगे वधांगे, चाहे जिन्नियां मर्जी लाठियां पै जाण, इस दा कोई डर नहीं, क्योंकि अपने उपर पहलां भी बहुत सारियां लाठियां वज चुकियां ने, इह इक तीली दे बराबर हो चुकियां ने, सानूं इस दा कोई डर नहीं गा। सो साथियों डटे रहो, स्टेट कमेटी इत्थे ही है, तुहाडे नाल है, पुलिस प्रशासन नूं वी असीं इह घंटा दे रहे हां कि साडा जिहड़ा सरतक हल उह कड्डो, जेकर नहीं तां साडे जिहड़े साथी है सारे अगे वधणगे। रोस मार्च सीगा, सिक्ख्या मोती महल का जिहड़ा घिराओ के सीगा, असी YPS चौंक तक पहुँचे, इत्थे सानू प्रशासन वालों पुलिस प्रशासन वालों जिहड़ा रोकिया गया, अते पुलिस प्रशासन नाल ते SDM साहब दे नाल साडी जिहड़ी ओह मीटिंग हुई है, उन्हां वालों दस्सिया गया कि जिहड़े करोना महामारी जिहड़ी एक आउण दा जिहड़ा खदशा वाला होया, इस लई जिहड़े 31 मार्च तिकण सारे दायरे जिहड़े बंद किए हुए ने, मंत्रियां दी ड्यूटियां लगाईआं होईआं ने, इस लई 31 मार्च तो बाद जिहड़ी आ तुहाडी मीटिंग जिहड़ी है ਉਹ ਪ੍ਰਿੰਸੀਪਲ ਸੈਕਟਰੀ ਦੇ ਨਾਲ ਤੈਅ ਕਰਾਈ ਜਾਊਗੀ। ਅਤੇ SDM ਸਾਹਿਬ ਵੱਲੋਂ ਪ੍ਰੋਮਿਸ ਕੀਤਾ ਗਿਆ ਕਿ 3 ਤਰੀਕ ਨੂੰ ਜਿਹੜਾ ਤੁਸੀਂ ਆ ਕੇ ਸਾਡੇ ਨਾਲ ਮੀਟਿੰਗ ਕਰ ਸਕਦੇ ਹੋ, ਅਤੇ ਪ੍ਰਿੰਸੀਪਲ ਸੈਕਟਰੀ ਨਾਲ ਤੁਹਾਡੀ ਜਿਹੜੀ ਹੈ ਉਹ ਮੀਟਿੰਗ ਕਰਾਈ ਜਾਊਗੀ। ਇਸ ਲਈ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਜਿਹੜੀ ਮਹਾਮਾਰੀ ਜਿਹੜੀ ਫੈਲ ਰਹੀ ਹੈ ਕਰੋਨਾ, ਅਸੀਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਵੀ ਉਸ ਦੇ ਲਈ ਧਿਆਨ ਰੱਖਿਆ ਜਾਵੇ, ਜਾਗਰੂਕ ਹੋਣ, ਕਿਉਂਕਿ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਕਿਸੇ ਤਰ੍ਹਾਂ ਦਾ ਮਹਾਮਾਰੀ ਦਾ ਸ਼ਿਕਾਰ ਨਾ ਹੋਣ। ਇਸ ਲਈ ਅਸੀਂ ਜਿਹੜਾ ਪ੍ਰੋਟੈਸਟ ਇਸ ਲਈ ਇੱਥੋਂ ਜਿਹੜਾ ਇੱਕ ਵਾਰੀ ਸਮਾਪਤ ਕਰਕੇ ਵਾਪਸ ਸਾਡੇ ਧਰਨੇ 'ਤੇ ਸੰਗਰੂਰ ਜਾਵਾਂਗੇ, ਪਰੰਤੂ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਮਹਾਮਾਰੀ ਇੱਕ ਹੋਰ ਪੰਜਾਬ ਦੇ ਵਿੱਚ ਕਰੋਨਾ ਤੋਂ ਵੱਧ ਕੇ ਬਿਮਾਰੀ ਲੈ ਕੇ ਆ ਰਹੇ ਨੇ, ਜਿਹੜੀ ਬੇਰੁਜ਼ਗਾਰੀ ਦਾ, ਉਸ ਬਿਮਾਰੀ ਨੂੰ ਜਿਹੜਾ ਖਤਮ ਕਰਨ ਦਾ ਇਹਨਾਂ ਨੇ ਵਾਅਦਾ ਕਰਿਆ ਸੀਗਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ, ਹੁਣ ਉਹ ਮਹਾਮਾਰੀ ਜਿਹੜੀ ਹੈ ਉਹ ਵੱਧ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਮਹਿੰਗਾਈ ਵੱਧ ਰਹੀ ਹੈ, ਉਸ ਨੂੰ ਖਤਮ ਕਰਨ ਲਈ ਕੈਪਟਨ ਸਾਹਿਬ ਨੂੰ ਅੱਗੇ ਆਉਣਾ ਪਊਗਾ। ਲੱਖ ਨੌਕਰੀ ਦਾ ਜਿਹੜਾ 16 ਤਰੀਕ ਨੂੰ ਉਹਨਾਂ ਨੇ ਵਾਅਦਾ ਕਰਿਆ ਸੀਗਾ, ਉਸ ਵਾਅਦੇ 'ਤੇ ਜਿਹੜਾ ਖਰੇ ਉਤਰਨਾ ਪਊਗਾ, ਕਿਉਂਕਿ 3 ਸਾਲ ਪਿਛਲੇ ਜਿਹੜਾ ਹੈ ਉਹ ਅਸੀਂ ਭੁਗਤ ਚੁੱਕੇ ਹਾਂ, ਸਾਡਾ ਇੱਕ ਵੀ ਸਾਡੇ ਪ੍ਰਤੀ ਜਿਹੜਾ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਗਿਆ, ਸਾਡੇ ਉੱਪਰ ਲਾਠੀਆਂ ਵੀ ਵਰਸਾਈਆਂ ਗਈਆਂ ਨੇ, ਸਾਡੇ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ, ਪਰੰਤੂ ਮੀਟਿੰਗ ਦੇ ਵਿੱਚ ਸਾਡਾ ਜਿਹੜਾ ਹਜੇ ਤੱਕ ਕੋਈ ਵੀ ਸਿੱਟਾ ਨਹੀਂ ਨਿਕਲਿਆ, ਪਰੰਤੂ ਸਾਡੇ ਉੱਪਰ ਨਾਲ ਦੀ ਨਾਲ ਹੋਰ ਕੰਡੀਸ਼ਨਾਂ ਲਾਗੂ ਕਰਕੇ ਸਾਨੂੰ ਰੁਜ਼ਗਾਰ ਦੇਣ ਤੋਂ ਜਿਹੜਾ ਉਹ ਬਾਹਰ ਕੀਤਾ ਜਾ ਰਿਹਾ। ਪ੍ਰਧਾਨ ਜੀ, ਮੀਟਿੰਗਾਂ ਪਹਿਲੇ ਵੀ ਦਿੱਤੀਆਂ ਗਈਆਂ ਸੀ, ਹੁਣ ਫਿਰ ਇੱਕ ਵਾਰ ਮੀਟਿੰਗ ਦੇ ਦਿੱਤੀ ਗਈ ਤੁਹਾਨੂੰ? ਦੇਖੋ ਜੀ, ਮੀਟਿੰਗ ਜਿੰਨੀ ਦੇਰ ਤੱਕ ਟੇਬਲ ਟਾਕ 'ਤੇ ਜਾ ਕੇ ਅਸੀਂ ਮੀਟਿੰਗ ਨਹੀਂ ਕਰਾਂਗੇ, ਆਪਦੀਆਂ ਮੰਗਾਂ ਨਹੀਂ ਰੱਖ ਪਾਵਾਂਗੇ, ਉਨੀ ਦੇਰ ਤੱਕ ਹੱਲ ਵੀ ਨਹੀਂ ਹੋਣਾ। ਅਸੀਂ ਇੱਕ ਨਾਲ ਦੀ ਨਾਲ ਹੋਰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ, 3 ਤਰੀਕ ਨੂੰ ਜੇਕਰ ਸਾਡੀ ਮੀਟਿੰਗ ਪ੍ਰਿੰਸੀਪਲ ਸੈਕਟਰੀ ਨਾਲ ਨਹੀਂ ਹੁੰਦੀ ਤਾਂ ਪਟਿਆਲੇ ਦੇ ਵਿੱਚ ਅਸੀਂ ਵੱਡਾ ਜਥਾ ਲੈ ਕੇ ਦੁਬਾਰਾ ਫਿਰ ਅਸੀਂ ਇੱਥੇ ਪਹੁੰਚਾਂਗੇ, ਤਾਂ ਜੋ ਜਿਹੜੀ ਇਹ ਸਰਕਾਰ ਨੇ ਜਿੰਨੇ ਸਾਡੇ ਨਾਲ ਵਾਅਦੇ ਕੀਤੇ ਹੈ ਉਸ ਵਾਅਦੇ ਨੂੰ ਜਿਹੜਾ ਮੁਕੰਮਲ ਕਰਵਾਉਣ ਲਈ ਅਸੀਂ ਉਹਨਾਂ ਨੂੰ ਮਜਬੂਰ ਕਰ ਦਿਆਂਗੇ, ਕਿਉਂਕਿ ETT ਟੈਟ ਪਾਸ ਜਿਹੜੀ ਯੂਨੀਅਨ ਹੈ ਇਸ ਤਰ੍ਹਾਂ ਦਾ ਇਹਨਾਂ ਦਾ ਇਤਿਹਾਸ ਹੈ ਕਿ ਉਹ ਖਾਲੀ ਹੱਥ ਸਰਕਾਰ ਤੋਂ ਕਦੇ ਨਹੀਂ ਜਾਊਗੀ, ਸਾਡਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹੂਗਾ ਜਿੰਨੀ ਦੇਰ ਤੱਕ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾਵੇ। ਪਟਿਆਲੇ 'ਚ ਜਾਰੀ ਰਹੂਗਾ ਜਾਂ ਸੰਗਰੂਰ ਦੇ ਵਿੱਚ ਜਾਰੀ ਰੱਖੋਗੇ? ਬਿਲਕੁਲ, ਸੰਗਰੂਰ ਦੇ ਵਿੱਚ ਤਾਂ 7 ਮਹੀਨੇ ਹੋ ਚੱਲੇ ਨੇ ਸਾਡਾ ਜਿਹੜਾ ਪ੍ਰੋਟੈਸਟ ਰੈਗੂਲਰ ਜਿਹੜਾ ਚੱਲ ਰਿਹਾ ਹੈ। ਅਸੀਂ ਪਟਿਆਲੇ ਦੇ ਵਿੱਚ ਰੈਲੀਆਂ ਸਾਡੀਆਂ ਜਿਹੜੀਆਂ ਹੋਣਗੀਆਂ, ਮੁਜ਼ਾਹਰੇ ਜਿਹੜੇ ਹੋਣਗੇ ਉਹ ਪਟਿਆਲੇ ਦੇ ਵਿੱਚ ਹੀ ਹੋਣਗੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਜਿਹੜੇ ਉਹ ਵਾਅਦੇ ਕੀਤੇ ਹੈ ਉਸ ਵਾਅਦੇ ਤੋਂ ਖਰੇ ਉਤਰਨ ਲਈ ਜਿਹੜੇ ਮੁੱਖ ਮੰਤਰੀ ਅਸੀਂ ਉਹਨਾਂ ਨੂੰ ਭੱਜਣ ਨਹੀਂ ਦਿਆਂਗੇ, ਅਤੇ ਵਾਅਦੇ ਉਹਨਾਂ ਨੇ ਜ਼ਬਾਨ ਕੀਤੀ ਹੈ ਸਾਡੇ ਨਾਲ ਵੀ ਕਰ ਦੀ ਨੌਕਰੀ ਜਿਹੜੀ ਉਹ ਦਿੱਤੀ ਜਾਊਗੀ, ਅਸੀਂ ਇਸ ਲਈ ਉਹਨਾਂ ਕੋਲ ਵੀ ਜਿਹੜਾ ਰੁਜ਼ਗਾਰ ਲੈਣਾ ਹੈ, ਇਸ ਲਈ ਅਸੀਂ ਦੁਬਾਰਾ ਜੇਕਰ ਸਾਡੀ ਮੰਗ ਜਿਹੜੀ ਪੂਰੀ ਨਹੀਂ ਕੀਤੀ ਜਾਂਦੀ ਤਾਂ ਪਟਿਆਲੇ ਦੇ ਵਿੱਚ ਦੁਬਾਰਾ ਫਿਰ ਅਸੀਂ ਸੰਘਰਸ਼ ਕਰਾਂਗੇ।